ਜਗਬਾਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੀ ਹਾਂ, ਦੱਸ ਦਈਏ ਕਿ ਸਰਪੰਚ ਸੈਲੂਨ ਦੇ ਵਿੱਚ ਆਪਣੇ ਵਾਲ ਕਟਵਾ ਰਿਹਾ ਸੀਗਾ ਤਾਂ ਉੱਥੇ ਬਾਈਕ 'ਤੇ ਦੋ ਸਵਾਰ ਜਿਹੜੇ ਹਮਲਾਵਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਜਿੱਥੇ ਸਰਪੰਚ ਜਿਹੜਾ ਅਮਨ ਕੁਮਾਰ ਹੈਗਾ ਤਾਂ ਉਸਨੇ ਦਮ ਤੋੜ ਦਿੱਤਾ। ਤਾਂ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਵਿੱਚ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਤਾਂ ਉੱਥੇ ਹੀ ਦੱਸ ਦਈਏ ਕਿ ਝਬਾਲ ਅੱਡੇ ਦੇ ਉੱਪਰ ਜੋ ਸਰਪੰਚ ਅਮਨ ਕੁਮਾਰ ਆ ਸੋਨੂੰ ਚੀਮਾ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਤੜਕਸਾਰ ਜਿਹੜਾ ਇਹ ਕਤਲ ਕੀਤਾ ਗਿਆ। ਤਾਂ ਦੱਸ ਦਈਏ ਕਿ ਅਮਨ ਕੁਮਾਰ ਜਿਹੜਾ ਸੈਲੂਨ 'ਤੇ ਆਪਣੇ ਵਾਲ ਕਟਵਾ ਰਿਹਾ ਸੀਗਾ ਤਾਂ ਦੋ ਜਿਹੜੇ ਬਦਮਾਸ਼ ਨੇ ਜਿਹੜੇ ਕਾਤਲ ਨੇ ਉਹ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਜਿਹੜੀ ਸ਼ਰੇਆਮ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਲਗਾਤਾਰ ਉੱਥੇ ਫਾਇਰਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਮੌਕੇ 'ਤੇ ਲੋਕ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਤਰਥੱਲੀ ਜਿਹੜੀ ਉਹ ਮੱਚ ਜਾਂਦੀ ਆ ਤਾਂ ਉਸ ਤੋਂ ਬਾਅਦ ਜੋ ਸਰਪੰਚ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਜਿੱਥੇ ਜਾ ਕੇ ਸਰਪੰਚ ਅਮਨ ਕੁਮਾਰ ਨੇ ਆਪਣਾ ਦਮ ਤੋੜ ਦਿੱਤਾ। ਤਾਂ ਤੜਕਸਾਰ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਖਬਰ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ ਕਿਉਂਕਿ ਜਿਸ ਤਰ੍ਹਾਂ ਸਰਪੰਚਾਂ ਦੇ ਜਿਹੜੇ ਕਤਲ ਹੋ ਰਹੇ ਨੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਸ ਤਰ੍ਹਾਂ ਸਹਿਮ ਦਾ ਮਾਹੌਲ ਬਣਿਆ ਹੋਇਆ। ਤਾਂ ਜਿਵੇਂ ਦੱਸ ਦਈਏ ਕਿ ਇਹ ਜਿਹੜੀ ਖਬਰ ਤੁਹਾਨੂੰ ਦਿਖਾ ਰਿਹਾ ਇਹ ਤਰਨ ਤਾਰਨ ਦੇ ਝਬਾਲ ਦੀ ਹੈਗੀ, ਜਿੱਥੇ ਝਬਾਲ ਅੱਡੇ ਦੇ ਉੱਪਰ ਸਰਪੰਚ ਦਾ ਕਤਲ ਹੋਇਆ ਤਾਂ ਸਰਪੰਚ ਦੀ ਜਿਹੜੀ ਪਹਿਚਾਣ ਆ ਅਮਨ ਕੁਮਾਰ ਉਰਫ ਸੋਨੂੰ ਚੀਮਾ ਵਜੋਂ ਹੋਈ ਆ। ਤਾਂ ਇਸ ਸਰਪੰਚ ਦਾ ਪਿੰਡ ਦੇ ਵਿੱਚ ਕਾਫੀ ਰਸੂਖ ਸੀਗਾ, ਇਲਾਕੇ ਦੇ ਵਿੱਚ ਵੀ ਪੂਰਾ ਰਸੂਖ ਸੀਗਾ। ਤਾਂ ਅਜਿਹੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਸਰਪੰਚ ਕਾਂਗਰਸੀ ਸੀਗਾ ਤਾਂ ਕਿਸੇ ਗੱਲ ਨੂੰ ਲੈ ਕੇ ਜਿਹੜੇ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਟਸਲਬਾਜ਼ੀਆਂ ਉਹ ਚੱਲਦੀਆਂ ਰਹਿੰਦੀਆਂ ਨੇ, ਪਰ ਜਿਹੜਾ ਇੱਕ ਕਤਲ ਦੇ ਪਿੱਛੇ ਕੀ ਵਜ੍ਹਾ ਉਸਦਾ ਹਜੇ ਕੁਝ ਪਤਾ ਨਹੀਂ ਲੱਗ ਸਕਿਆ। ਪਰ ਤੜਕਸਾਰ ਮਾਘੀ ਵਾਲੇ ਦਿਨ ਦੱਸ ਦਈਏ ਕਿ ਜਿੱਥੇ ਇਹ ਸਰਪੰਚ ਆਪਣੇ ਵਾਲ ਸੈਲੂਨ ਦੇ ਉੱਪਰ ਕਟਵਾ ਰਿਹਾ ਸੀਗਾ ਤਾਂ ਇਹ ਵੀ ਇੱਕ ਤਰ੍ਹਾਂ ਕਹਿ ਸਕਦੇ ਕਿ ਸਰਪੰਚ ਜਿਹੜਾ ਸਵੇਰੇ ਆਪਣੇ ਜਦੋਂ ਵਾਲ ਕਟਵਾ ਰਿਹਾ ਸੀਗਾ ਤਾਂ ਮੋਟਰਸਾਈਕਲ ਦੇ ਉੱਪਰ ਦੋ ਜਿਹੜੇ ਕਾਤਲ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਉਸਦੀ CCTV ਵੀ ਸਾਹਮਣੇ ਆਈ ਆ। ਉਸ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜਿਹੜੇ ਦੋ ਕਾਤਲ ਉਹ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੇ ਹਥਿਆਰਾਂ ਦੇ ਨਾਲ ਇਸ ਸਰਪੰਚ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ, ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਸ ਜ਼ਖਮੀ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਸਰਪੰਚ ਅਮਨ ਕੁਮਾਰ ਜਿਹੜਾ ਉਹ ਆਪਣਾ ਦਮ ਤੋੜ ਦਿੰਦਾ। ਤਾਂ ਮੰਦਭਾਗੀ ਖਬਰ ਹੈਗੀ ਆ ਤਾਂ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਜਿਵੇਂ ਅਸੀਂ ਦੱਸ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਹੀ ਜੋ ਹੁਸ਼ਿਆਰਪੁਰ ਦਾ ਪਿੰਡ ਹੈਗਾ ਡਡਿਆਣਾ ਤਾਂ ਉੱਥੇ ਕਹਿੰਦਾ ਇੱਕ ਸਰਪੰਚ ਦਾ ਕਤਲ ਕੀਤਾ ਗਿਆ ਸੀਗਾ, ਉਹ ਬਸਪਾ ਪਾਰਟੀ ਨਾਲ ਸੰਬੰਧਿਤ ਉਹ ਸਰਪੰਚ ਸੀਗਾ। ਤਾਂ ਉੱਥੇ ਹੀ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਤਰਨ ਤਾਰਨ ਦਾ ਝਬਾਲ ਜਿਹੜਾ ਇੱਕ ਇਤਿਹਾਸਿਕ ਪਿੰਡ ਵੀ ਹੈਗਾ, ਕਾਫੀ ਵੱਡਾ ਇਹ ਪਿੰਡ ਹੈਗਾ, ਤਾਂ ਉੱਥੇ ਕਹਿੰਦਾ ਝਬਾਲ ਅੱਡੇ ਦੇ ਉੱਪਰ ਸੋਨੂੰ ਚੀਮਾ ਜਿਹੜਾ ਸਰਪੰਚ ਆ ਉਸਦੇ ਉੱਪਰ ਗੋਲੀਆਂ ਚੱਲੀਆਂ ਨੇ। ਤਾਂ ਸੈਲੂਨ ਦੇ ਵਿੱਚ ਇਹ ਆਪਣੇ ਵਾਲ ਕਟਵਾ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਉੱਥੇ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਅਕਸ਼ੇ ਜੁੜ ਚੁੱਕੇ ਨੇ। ਜੀ ਅਕਸ਼ੇ, ਕੀ ਜਾਣਕਾਰੀ ਆ, ਜੋ ਸਰਪੰਚ ਆ ਉਸਦੇ ਉੱਪਰ ਗੋਲੀਆਂ ਚੱਲੀਆਂ ਨੇ ਤਾਂ ਉਸ ਤੋਂ ਬਾਅਦ ਉਸਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਪਰ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਹਾਰ ਜਾਂਦਾ। ਗੋਲੀਕਾਂਡ ਕੀਤਾ ਕਹਿ ਸਕਦੇ ਆ ਸਵੇਰ ਵੇਲੇ ਹੀ, ਜਿਸ ਵੇਲੇ ਸਰਪੰਚ ਸੋਨੂੰ ਚੀਮਾ ਹੈ ਇਹਨਾਂ ਵੱਲੋਂ ਜਿਹੜਾ ਆਪਣੇ ਘਰੋਂ ਨਿਕਲ ਕੇ ਆਪਣੇ ਸਾਥੀ ਦੇ ਨਾਲ ਕਟਿੰਗ ਕਰਵਾਉਣ ਵਾਸਤੇ ਜਾਇਆ ਜਾਂਦਾ ਤਾਂ ਕਟਿੰਗ ਕਰਵਾ ਕੇ ਜੋ ਸਲੂਨ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਤਾਂ ਇੱਕੋ ਦਮ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਥੀ ਨੇ ਦੱਸਿਆ ਤਾਂ ਕੁਛ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਫੈਰ ਕੱਢੇ ਜਾਂਦੇ ਨੇ ਤਾਂ ਫੈਰ ਜੋ ਆ ਇਹਨਾਂ ਦੇ ਜੋ ਛਾਤੀ ਦੇ ਵਿੱਚ ਛਾਤੀ ਤੋਂ ਥੋੜੀ ਥੱਲੇ ਜੋ ਆ ਦੋ ਫੈਰ ਲੱਗਦੇ ਨੇ ਜਿਸਦੇ ਕਾਰਨ ਇਹਨਾਂ ਨੂੰ ਜੋ ਹਸਪਤਾਲ ਲੈ ਕੇ ਆ ਜਾਂਦਾ ਅਮਨਦੀਪ ਹੋਸਪਿਟਲ ਤਾਂ ਉਸ ਵੇਲੇ ਜੋ ਇਹਨਾਂ ਦੀ ਮੌਤ ਹੋ ਜਾਂਦੀ ਹੈ।
ਤਾਂ ਇਸ ਵਕਤ ਕਾਫੀ ਜ਼ਿਆਦਾ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਨਾਲ ਉਹਨਾਂ ਦੇ ਜੋ ਸਾਥੀ ਨੇ ਇੱਥੇ ਇਕੱਠੇ ਵੀ ਹੋਏ ਨੇ, ਤਾਂ ਉਹਨਾਂ ਵੱਲੋਂ ਕਾਫੀ ਜੋ ਰੋਸ ਕਿਤੇ ਨਾ ਕਿਤੇ ਪ੍ਰਸ਼ਾਸਨ ਪ੍ਰਤੀ ਵੀ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਅਣਗਹਿਲੀ ਵਿਖਾਉਂਦਾ ਦਿਖਾਈ ਦਿੱਤਾ ਹੈ, ਕਿਉਂਕਿ ਉਹਨਾਂ ਵੱਲੋਂ ਕੋਈ ਕਾਰਵਾਈ, ਕਿਉਂਕਿ ਸਿਕਿਉਰਿਟੀ ਦੀ ਗੱਲ ਕਰ ਲਈਏ ਤਾਂ ਜਾਂ ਉਹਨਾਂ ਦੀ ਜਾਨੀ ਸੁਰੱਖਿਆ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਹਿਲਾਂ ਵੀ ਜੋ ਇਸੇ ਤਰੀਕੇ ਦੇ ਨਾਲ ਕਈ ਵਾਰ ਥ੍ਰੈਟ ਕਾਲਸ ਵੀ ਉਹਨਾਂ ਨੂੰ ਆਉਂਦੀਆਂ ਰਹੀਆਂ ਨੇ। ਤਾਂ ਕਹਿ ਸਕਦੇ ਹਾਂ ਕਿ ਜਗਵੰਤ ਇਸ ਵਕਤ ਜਿਹੜੇ ਹਾਲਾਤ ਨੇ ਕਾਫੀ ਨਾਜ਼ੁਕ ਜੋ ਬਣੇ ਹੋਏ ਨੇ, ਪਰਿਵਾਰ ਕਿਤੇ ਨਾ ਕਿਤੇ ਗਮਗੀਨ ਮਾਹੌਲ ਦੇ ਵਿੱਚ ਹੈਗਾ ਆ। ਤਾਂ ਉੱਥੇ ਅਸੀਂ ਇਸ ਵਕਤ ਮੌਜੂਦ ਵੀ ਹੈਗੇ ਅਮਨਦੀਪ ਹੋਸਪਿਟਲ ਦੇ ਬਾਹਰ ਜਗਵੰਤ, ਤਾਂ ਕਾਫੀ ਜ਼ਿਆਦਾ ਜੋ ਕਹਿ ਸਕਦੇ ਹਾਂ ਕਿ ਉਹਨਾਂ ਦੇ ਸਾਥੀ ਜੋ ਇੱਥੇ ਇਸ ਵਕਤ ਇਕੱਠੇ ਹੋਏ ਨੇ। ਜੀ ਅਕਸ਼ੇ, ਕੁਝ ਪਤਾ ਲੱਗ ਸਕਿਆ ਆਖਿਰਕਾਰ ਕਿਸ ਤਰ੍ਹਾਂ ਦੀ ਥ੍ਰੈਟ ਕਾਲ ਆਉਂਦੀਆਂ ਸੀਗੀਆਂ, ਆਖਿਰਕਾਰ ਰੌਲਾ ਕੀ ਸੀਗਾ? ਜਿਸ ਤਰ੍ਹਾਂ ਮੋਟਰਸਾਈਕਲ ਤੇ ਜਿਹੜੇ ਤੜਕਸਾਰ ਦੋ ਕਾਤਲ ਆਉਂਦੇ ਨੇ, ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਕੁਝ ਪਤਾ ਲੱਗ ਸਕਿਆ ਕਿ ਪਰਿਵਾਰਕ ਮੈਂਬਰਾਂ ਤੋਂ ਕਿਸ ਤਰ੍ਹਾਂ ਦੀਆਂ ਕਾਲਸ ਆਉਂਦੀਆਂ ਸੀਗੀਆਂ, ਜਾਂ ਕਿਸੇ ਨਾਲ ਪਿੰਡ ਦੇ ਵਿੱਚ ਕੋਈ ਰੰਜਿਸ਼ ਹੋਵੇ? ਬਿਲਕੁਲ ਜਗਵੰਤ, ਜੇਕਰ ਰਣਜੀਤ ਦੀ ਗੱਲ ਕਰ ਲਈਏ ਤਾਂ ਰਣਜੀਤ ਤੋਂ ਉਹਨਾਂ ਵੱਲੋਂ ਇਹ ਚੀਜ਼ ਹਜੇ ਸ਼ੋਰਿਟੀ ਕਿਉਂਕਿ ਕਲੀਅਰ ਇੱਕ ਚੀਜ਼ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਆ, ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਕੋਈ ਪੈਸੇ ਦਾ ਰੌਲਾ ਜ਼ਰੂਰ ਚੱਲਦਾ ਸੀਗਾ ਇਹਨਾਂ ਦਾ। ਕਿਉਂਕਿ ਪਿਛਲੇ ਕੁਛ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਥੀ ਨੇ ਵੀ ਦੱਸਿਆ ਕਿ ਇਹਨਾਂ ਨੂੰ ਅਸੀਂ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਇਕੱਲਿਆਂ ਨੂੰ, ਤਾਂ ਅੱਜ ਕਿਉਂਕਿ ਇਹਨਾਂ ਦੇ ਘਰ ਲੋਹੜੀ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਮੇਲਾ ਵੀ ਮਨਾਇਆ ਜਾਂਦਾ, ਤੇ ਅੱਜ ਆਪਣੇ ਫਾਰਮ ਹਾਊਸ ਵੀ ਇਹਨਾਂ ਨੇ ਜਾਣਾ ਸੀਗਾ, ਉੱਥੇ ਵੀ ਇਹਨਾਂ ਨੇ ਇਹ ਜੋ ਮੇਲਾ ਮਕਰ ਸੰਕ੍ਰਾਂਤੀ ਦਾ ਮੇਲਾ ਜੋ ਆ ਮਾਘੀ ਦਾ ਇਹ ਮਨਾਉਣਾ ਸੀਗਾ। ਤਾਂ ਉੱਥੇ ਜੇਕਰ ਗੱਲ ਕਰ ਲਈਏ ਕਿ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਸੀਗੇ ਸੰਗੀ ਸਾਥੀ ਸੀ, ਉਹਨਾਂ ਨੇ ਪਹਿਲਾਂ ਕਿਹਾ ਸੀਗਾ ਸੋਨੂੰ ਚੀਮੇ ਨੂੰ ਕਿ ਤੁਸੀਂ ਘਰੋਂ ਨਾ ਜਾਓ, ਤਾਂ ਫਿਰ ਵੀ ਜੋ ਜ਼ਿੱਦ ਕਰਕੇ ਉਹਨਾਂ ਵੱਲੋਂ ਘਰੋਂ ਜਾਇਆ ਜਾਂਦਾ, ਤਾਂ ਇੱਕੋ ਦਮ ਜੋ ਉਹਨਾਂ ਦੇ ਉੱਤੇ ਜੋ ਫਾਇਰਿੰਗ ਸਲੂਨ ਵਿੱਚ ਹੁੰਦੀ ਆ। ਜੀ ਤਕਸ਼ ਕਿਹਾ ਜਾ ਸਕਦਾ ਕਿ ਜਿਹੜੇ ਕਾਤਲ ਨੇ ਉਹ ਪੂਰੀ ਰੇਕੀ ਕਰ ਰਹੇ ਸਨ, ਤਾਂ ਕਈ ਸ਼ਾਇਦ ਕਈ ਦਿਨਾਂ ਤੋਂ ਪੂਰਾ ਉੱਥੇ ਉਹਨਾਂ ਦੇ ਵਾਚ ਕਰ ਰਹੇ ਹੋਣ ਕਿ ਆਖਿਰਕਾਰ ਕਿਹੜੇ ਕਿੱਧਰ ਉਹ ਜਾਂਦੇ ਨੇ। ਬਿਲਕੁਲ ਜਗਵੰਤ, ਇਹ ਕੰਮ ਜੋ ਹੋਇਆ ਇਹ ਰੇਕੀ ਕਰਕੇ ਹੀ ਹੋਇਆ, ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੀ ਸੂਹ ਰੱਖੀ ਗਈ ਆ, ਜਦੋਂ ਵੀ ਜਦੋਂ ਸੋਨੂੰ ਚੀਮੇ ਵੱਲੋਂ ਘਰੋਂ ਜਾਇਆ ਜਾਂਦਾ ਆਪਣੇ ਸਾਥੀ ਦੇ ਨਾਲ, ਇੱਕ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ 40 ਤੋਂ 45 ਮਿੰਟ ਜੋ ਸਲੂਨ ਦੇ ਉੱਤੇ ਉਹ ਰਹਿੰਦੇ ਵੀ ਨੇ, ਸੋਨੂੰ ਚੀਮਾ ਆਪਣੀ ਕਟਿੰਗ ਕਰਾਉਂਦੇ ਨੇ, ਕਟਿੰਗ ਕਰਾ ਕੇ ਜਦੋਂ ਜਾ ਲੱਗਦੇ ਨੇ ਸ਼ਰਟ ਪਾ ਲੱਗਦੇ ਨੇ ਤੇ ਆਪਣੀ ਮੁੱਛ ਦੇ ਕੁੰਡ ਸੈੱਟ ਕਰਦੇ ਨੇ, ਤਾਂ ਉੱਥੇ ਗੋਲੀਆਂ ਫਾਇਰ ਹੁੰਦੀਆਂ ਨੇ, ਬਹੁਤ ਬਹੁਤ ਸ਼ੁਕਰੀਆ ਅਕਸ਼ਾ, ਤੁਸੀਂ ਨਜ਼ਰ ਬਣਾਈ ਰੱਖਿਓ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸੇ ਸੈਲੂਨ ਦੀਆਂ ਤਸਵੀਰਾਂ ਨੇ ਜਿੱਥੇ ਸਰਪੰਚ ਦਾ ਕਤਲ ਕੀਤਾ ਗਿਆ। ਤਾਂ ਚਬਾਲ ਅੱਡੇ ਦੇ ਉੱਪਰ ਇਹ ਬਿਲਕੁਲ ਸੈਲੂਨ ਬਣਿਆ ਹੋਇਆ ਜਿੱਥੇ ਸਵੇਰੇ ਅਮਨ ਕੁਮਾਰ ਸਰਪੰਚ ਜਿਹੜੇ ਆਪਣੀ ਕਟਿੰਗ ਕਰਵਾਉਣ ਜਾਂਦੇ ਨੇ, ਤਾਂ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਇਸ ਤਰ੍ਹਾਂ ਉਹਨਾਂ ਦੇ ਉੱਪਰ ਹਮਲਾ ਹੋ ਜਾਵੇਗਾ। ਤਾਂ ਉਸ ਤੋਂ ਬਾਅਦ ਅੱਜ ਉਹਨਾਂ ਦਾ ਅਖੀਰਲਾ ਦਿਨ ਹੋਵੇਗਾ, ਜਿੱਥੇ ਇੱਕ ਪਾਸੇ ਲੋਕ ਸਵੇਰੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਕਿਉਂਕਿ ਮਾਘੀ ਵਾਲਾ ਦਿਨ ਹੈਗਾ, ਤਾਂ ਉੱਥੇ ਹੀ ਇਸ ਤਰ੍ਹਾਂ ਦੀ ਜਿਹੜੀ ਮੰਦਭਾਗੀ ਉਹ ਖਬਰ ਸਾਹਮਣੇ ਆਈ ਆ। ਜਿਸ ਤਰ੍ਹਾਂ ਸਾਥੀ ਪੱਤਰਕਾਰ ਅਕਸ਼ ਨੇ ਵੀ ਦੱਸਿਆ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇਹ ਕਹਿਣਾ ਕਿ ਇਕੱਲੇ ਜਿਹੜੇ ਸਰਪੰਚ ਨੂੰ ਘਰ ਦੇ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਕਿਉਂਕਿ ਲਗਾਤਾਰ ਧਮਕੀ ਭਰੇ ਫੋਨ ਉਹ ਆਉਂਦੇ ਸੀਗੇ, ਸ਼ਾਇਦ ਕਿਤੇ ਨਾ ਕਿਤੇ ਪੈਸੇ ਨੂੰ ਲੈ ਕੇ ਲੈਣ ਦੇਣ ਦਾ ਕਿ ਕੋਈ ਝਗੜਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀਗਾ, ਤਾਂ ਇਸ ਦੇ ਚੱਲਦੇ ਧਮਕੀਆਂ ਵੀ ਜਿਹੜੀਆਂ ਉਹ ਉਹਨਾਂ ਨੂੰ ਆਉਂਦੀਆਂ ਸਨ। ਤਾਂ ਅੱਜ ਉਹ ਸਵੇਰੇ ਕਿਉਂਕਿ ਘਰ ਦੇ ਵਿੱਚ ਪ੍ਰੋਗਰਾਮ ਸੀਗਾ ਉਹਨਾਂ ਦੇ ਵੱਲੋਂ ਇੱਕ ਜਿਹੜਾ ਫੰਕਸ਼ਨ ਉਹ ਕਰਵਾਇਆ ਜਾਂਦਾ, ਅਤੇ ਸ਼ਾਇਦ ਉਸੇ ਘਰ ਦੇ ਚੱਲਦੇ ਉਹ ਆਪਣੀ ਜਿਹੜੀ ਕਟਿੰਗ ਕਰਵਾਉਣ ਦੇ ਲਈ ਸਲੂਨ ਦੇ ਵਿੱਚ ਪਹੁੰਚਦੇ ਨੇ, ਤਾਂ ਉੱਥੇ ਜਾ ਕੇ ਦੋ ਜਿਹੜੇ ਉਹ ਬਦਮਾਸ਼ ਨੇ ਜੋ ਕਾਤਲ ਨੇ ਉਹ ਆਉਂਦੇ ਨੇ, ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਚਬਾਲ ਅੱਡੇ ਦੇ ਉੱਪਰ ਸਰਪੰਚ ਅਮਨ ਕੁਮਾਰ ਉਹਨਾਂ ਦਾ ਕਤਲ ਕੀਤਾ ਗਿਆ, ਤਾਂ ਜਦੋਂ ਦੱਸਦੀ ਹੈ ਕਿ ਗੋਲੀਆਂ ਚੱਲਦੀਆਂ ਨੇ ਤਾਂ ਉਹਨਾਂ ਦੇ ਸਾਹ ਚੱਲਦੇ ਸੀਗੇ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਹ ਆਪਣੇ ਆਖਰੀ ਸਾਹ ਲੈਂਦੇ ਨੇ।
ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਸ਼ੀਸ਼ੇ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਸਲੂਨ ਦੇ ਜਿਹੜੇ ਸ਼ੀਸ਼ੇ ਨੇ ਉਹ ਬਿਲਕੁਲ ਕਰੈਕ ਹੋ ਚੁੱਕੇ ਨੇ, ਗੋਲੀਆਂ ਦੇ ਨਿਸ਼ਾਨ ਵੀ ਤੁਹਾਨੂੰ ਸਾਫ਼ ਨਜ਼ਰ ਆ ਰਹੇ ਹੋਣਗੇ। ਤਾਂ ਜਿੱਥੇ ਇੱਕ ਪਾਸੇ ਸਲੂਨ ਦੀਆਂ ਤਸਵੀਰਾਂ ਨੇ, ਦੂਸਰੇ ਪਾਸੇ ਤੁਹਾਨੂੰ ਹੌਸਪੀਟਲ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਸੁਭਾਵਿਕ ਜੀ ਗੱਲ ਜਿਹੜੇ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਨੂੰ ਚਾਹੁਣ ਵਾਲੇ ਵੀ ਹੁੰਦੇ ਨੇ, ਇਲਾਕੇ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਚੰਗੀ ਪੈਠ ਸੀਗੀ, ਉਹਨਾਂ ਦਾ ਜਿਹੜੇ ਸਹਿਚਾਰ ਸੀ ਕਾਫੀ ਚੰਗਾ ਸੀਗਾ। ਤਾਂ ਜਿੱਥੇ ਉਹਨਾਂ ਲੋਕਾਂ ਦੇ ਵਿੱਚ ਗਮ ਦਾ ਵੀ ਆਲਮ ਹੈਗਾ, ਉੱਥੇ ਸੁਭਾਵਿਕ ਜੀ ਗੱਲ ਹੈ ਕਿ ਇੱਕ ਪਰਿਵਾਰ ਨੂੰ ਵੱਡਾ ਘਾਟਾ ਪਿਆ, ਕਿਉਂਕਿ ਜੇਕਰ ਕੋਈ ਜੇਕਰ ਪਰਿਵਾਰਕ ਮੈਂਬਰ ਚਲਾ ਜਾਂਦਾ ਤਾਂ ਪਰਿਵਾਰ ਨੂੰ ਘਾਟਾ ਪੈ ਜਾਂਦਾ, ਪਰ ਇੱਥੇ ਇੱਕ ਪਿੰਡ ਦਾ ਸਰਪੰਚ ਹੈਗਾ ਉਹ ਚਲਾ ਗਿਆ। ਤਾਂ ਜਿਵੇਂ ਦੱਸ ਰਹੇ ਸਨ ਸਾਥੀ ਪੱਤਰਕਾਰ ਅਕਸ਼ਿਤ, ਉਹਨਾਂ ਦਾ ਦੱਸਿਆ ਕਿ ਇਹਨਾਂ ਨੂੰ ਲਗਾਤਾਰ ਜਿਹੜੇ ਥ੍ਰੈਟ ਕਾਲ ਉਹ ਆ ਰਹੀਆਂ ਸਨ। ਇਸ ਤੋਂ ਇਲਾਵਾ ਉਹਨਾਂ ਨੂੰ ਘਰ ਦੇ ਵਿੱਚੋਂ ਇਕੱਲਿਆ ਬਾਹਰ ਜਿਹੜਾ ਉਹ ਨਹੀਂ ਜਾਣ ਦਿੱਤਾ ਜਾਂਦਾ ਸੀਗਾ, ਕਿਉਂਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਪਤਾ ਸੀਗਾ ਕਿ ਇਹਨਾਂ ਦੀ ਰੇਕੀ ਜਿਹੜੀ ਉਹ ਹੋ ਰਹੀ ਆ। ਅਤੇ ਸ਼ਾਇਦ ਇਹ ਰੇਕੀ ਦਾ ਹੀ ਇੱਕ ਕਾਰਨ ਮੰਨਿਆ ਜਾ ਸਕਦਾ ਕਿ ਕਿਸ ਤਰ੍ਹਾਂ ਤੜਕਸਾਰ ਜਿਹੜੇ ਉਹ ਜਦੋਂ ਕਟਿੰਗ ਕਰਵਾਉਣ ਦੇ ਲਈ ਜਾਂਦੇ ਨੇ, ਕਿਉਂਕਿ ਅਮੂਮਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਜਾਂ ਪਿਛਲੇ ਦਿਨਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਠੰਡ ਬਹੁਤ ਹੈਗੀ ਆ, ਤਾਂ ਠੰਡ ਦੇ ਚੱਲਦੇ ਲੋਕ ਘਰਾਂ ਦੇ ਵਿੱਚੋਂ ਉਸ ਤਰ੍ਹਾਂ ਬਾਹਰ ਨਹੀਂ ਨਿਕਲਦੇ। ਪਰ ਜਿਸ ਤਰ੍ਹਾਂ ਤਿਆਰੀ ਸੀਜ਼ਨ ਹੈਗਾ, ਕੱਲ੍ਹ ਲੋਹੜੀ ਅਤੇ ਅੱਜ ਮਾਘੀ ਅਤੇ ਮਾਘੇ ਦੇ ਚੱਲਦੇ ਪ੍ਰੋਗਰਾਮ ਜਿਹੜੇ ਉਹ ਕਰਵਾਏ ਜਾਂਦੇ ਨੇ, ਤਾਂ ਸਰਪੰਚ ਅਮਨ ਕੁਮਾਰ ਜਿਹੜੇ ਉਹ ਆਪਣੀ ਕਟਿੰਗ ਕਰਵਾਉਣ ਦੇ ਲਈ ਇੱਕ ਸੈਲੂਨ 'ਤੇ ਜਾਂਦੇ ਨੇ, ਉਹ ਸੈਲੂਨ ਦੀਆਂ ਤਸਵੀਰਾਂ ਤੁਹਾਨੂੰ ਨਾਲ ਨਾਲ ਉਹ ਦਿਖਾ ਰਹੇ ਹੈਗੇ ਆ। ਤਾਂ ਜਿੱਥੇ ਸਰਪੰਚ ਦੇ ਉੱਪਰ ਗੋਲੀਆਂ ਚੱਲੀਆਂ ਨੇ ਤਾਂ ਦੋ ਗੋਲੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਕਿ ਦੋ ਗੋਲੀਆਂ ਜਿਹੜੀਆਂ ਉਹ ਕਾਤਲਾਂ ਦੇ ਵੱਲੋਂ ਚਲਾਈਆਂ ਗਈਆਂ ਨੇ। ਅਤੇ ਇੱਕ CCTV ਜਿਹੜੀ ਆ ਉਹ ਜਿਹੜੀ ਇੱਕ ਸਾਹਮਣੇ ਆਈ ਆ ਉਹ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ। ਤਾਂ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜੁੜ ਚੁੱਕੀ ਆ, CCTV ਖੰਗਾਲੀ ਜਾ ਰਹੀ ਹੈ ਕਿ ਆਖਿਰਕਾਰ ਉਹ ਕੌਣ ਸਨ, ਕਾਤਲ ਕੌਣ ਸਨ ਜਿਨ੍ਹਾਂ ਦੇ ਵੱਲੋਂ ਤੜਕਸਾਰ ਸਰਪੰਚ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਉਸ ਤੋਂ ਬਾਅਦ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਦੋ ਗੋਲੀਆਂ ਜਿਹੜੀਆਂ ਉਹ ਚੱਲੀਆਂ ਨੇ, ਤਾਂ ਉਸ ਤੋਂ ਬਾਅਦ ਸਰਪੰਚ ਅਵਨ ਕੁਮਾਰ ਨੂੰ ਜੋ ਉਰਫ ਸੋਨੂ ਚੀਮਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਹ ਆਖਰੀ ਸਾਹ ਲੈਂਦੇ ਨੇ।